पंजाब के नवनियुक्त अध्यक्ष कैप्टन हरमिंदर सिंह ने पंजाब स्टेट कोऑपरेटिव मिल्क प्रोड्यूसर फेडरेशन लिमिटेड का कार्यभार ग्रहण किया, जिसके बाद उन्होंने प्रेस को संबोधित किया। पंजाब की सेवा कर सका मैं धन्यवादी हाँ साढ़े मंत्री साहब रंधावा साहब का, जिन्होंने अज टाइम काढ़ के साढ़े इस प्रोग्राम के विच आ के मैनू इस चार्ज लैण के समय मेरे नाल शामिल होए। मैं समझदा हाँ कि मिल्क फैड एक बहुत ही वधिया अदारा है, जिस दे जरिए असी साड़ी किसानी नू साड़े फार्मर्स नू एक अडिशनल इनकम देन दा साधन बना सकते हैं। एग्रीकल्चर दे विच क्योंकि फार्मर्स नू उन्ना इनकम नहीं पैदा होंदी जिहड़ी कि उन्हां नू एक अज अडिशनल इनकम दी लोड़ आ, ते डेयरी फार्मिंग दुध दे जरिए ਇਹ ਇੱਕ ਬਹੁਤ ਵੱਡਾ ਮੌਕਾ ਹੈ ਸਾਡੇ ਕੋਲ ਕਿ ਅਸੀਂ ਉਹਨਾਂ ਵਾਸਤੇ ਐਡੀਸ਼ਨਲ ਇਨਕਮ ਪੈਦਾ ਕਰ ਸਕੀਏ ਜਿਹੜੀ ਕਿ ਅੱਜ ਲੋੜ ਆ ਖਾਸ ਕਰਕੇ ਸਾਡੀ ਕਿਸਾਨੀ ਨੂੰ। ਇਸ ਤੋਂ ਇਲਾਵਾ ਸਾਡਾ ਅਦਾਰਾ ਜੋ ਮੈਨੂੰ ਪਤਾ ਲੱਗਾ ਹੈ ਆਲਰੇਡੀ ਹੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਔਰ ਮੈਂ ਪੂਰਾ ਯੋਗਦਾਨ ਪਾਵਾਂਗਾ। ਮਿਹਨਤ ਅਤੇ ਲਗਨ ਨਾਲ ਇਸ ਅਦਾਰੇ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਜਿੰਨੀ ਵੀ ਐਕਸਪੈਂਸ਼ਨ ਹੋ ਸਕਦੀ ਅਸੀਂ ਇਸ ਜ਼ਰੂਰ ਕਰਾਂਗੇ। ਇੱਕ ਪੰਜਾਬ ਦੇ ਵਿੱਚ ਨੌਕਰੀਆਂ ਦੇਣ ਦਾ ਵੀ ਇਹ ਇੱਕ ਬਹੁਤ ਵੱਡਾ ਸਾਧਨ ਹੈ ਜਿਹਦੇ ਜ਼ਰੀਏ ਅਸੀਂ ਡਾਇਰੈਕਟ ਐਂਡ ਇਨਡਾਇਰੈਕਟ ਨੌਕਰੀਆਂ ਪੈਦਾ ਕਰ ਸਕਦੇ ਹਾਂ। ਉਸ ਦੇ ਨਾਲ ਵੀ ਸਾਡੀ ਇਸ ਨੌਜਵਾਨ ਪੀੜ੍ਹੀ ਨੂੰ ਇੱਕ ਹੋਰ ਮੌਕਾ ਮਿਲੇਗਾ ਕਿ ਉਹ ਰੁਜ਼ਗਾਰ ਪਾ ਸਕਣ। ਮੈਂ ਅਖੀਰ ਵਿੱਚ ਬੜਾ ਧੰਨਵਾਦੀ ਹਾਂ ਸਾਰੇ ਹੀ ਸਾਡੇ MLA ਸਾਹਿਬ ਸਾਡੇ ਮੰਤਰੀ ਸਾਹਿਬ ਜਿਹੜੇ ਕਿ ਅੱਜ ਇੱਥੇ ਆਏ। ਮੈਂ ਇੱਕ ਵਾਰ ਫਿਰ ਕੈਪਟਨ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦੀ ਹਾਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ ਮੌਕੇ ਦੇ ਲਾਇਕ ਸਮਝਿਆ ਇਸ ਕੰਮ ਦੇ ਲਾਇਕ ਸਮਝਿਆ। ਸਰ ਆਪਣੇ ਐਕਸਪੈਂਸ਼ਨ ਕੀ ਬਾਤ ਕੀ ਕਿ ਆਗੇ ਐਕਸਟੈਂਡ ਕਰੇਂਗੇ ਤੋ ਅਦਰ ਸਟੇਟਸ ਵੀ ਜਾਣੇ ਕਰ ਰਹੇ ਆਪਕਾ ਐਕਸਟੈਂਸ਼ਨ ਕਾ ਮਤਲਬ ਹੈ ਇਨਕਾ ਕਿ ਜੋ ਐਕਸਪੈਂਸ਼ਨ ਕਾ ਮਤਲਬ ਹੈ ਕਿ ਐਕਸਪੈਂਡ ਕਰਨਾ ਜੋ ਐਗਜ਼ਿਸਟਿੰਗ ਜੋ ਹਮਾਰੇ ਮਿਲਕ ਪਲਾਂਟ ਉਹਨਾਂ ਨੂੰ ਅਸੀਂ ਉਹਨਾਂ ਦੀ ਐਕਸਪੈਂਸ਼ਨ ਕਰਨੀ ਆ। ਉਹਦੇ 'ਚ ਸਾਡੇ ਨਾਲ ਹੀ ਡੇਰਾਬਾਸੀ ਦੇ ਵਿੱਚ ਕੋਈ 350-400 crore ਦੇ ਅਪਰੋਕਸੀਮੇਟਲੀ ਸਾਡਾ 11 lakh liter ਪਰ ਡੇ ਜਿਹੜਾ ਪਲਾਂਟ ਆ ਉਹਦੀ ਬਿਲਡਿੰਗ ਦੀ ਕੰਸਟਰਕਸ਼ਨ ਫੇਜ 1 ਦੀ ਅਸੀਂ ਆਲਮੋਸਟ ਕੰਪਲੀਟ ਕਰ ਲਈ ਹੈ। ਅੰਮ੍ਰਿਤਸਰ ਦੇ ਵਿੱਚ ਨੈਕਸਟ ਮੰਥ ਅਸੀਂ ਉਹਨੂੰ ਕਰਨ ਲਈ ਜਾ ਰਹੇ ਕੋਈ 100 crore ਦੀ ਇਹ 50 crore ਦੀ ਉੱਥੇ ਐਕਸਪੈਂਸ਼ਨ ਦਾ ਜਿਹੜਾ ਕੰਮ ਸਾਡਾ ਕੰਪਲੀਟ ਹੋ ਗਿਆ ਅਤੇ ਉਹ ਅਸੀਂ ਨੈਕਸਟ ਜਨਵਰੀ 15-16 January ਨੂੰ ਉਹਦੀ ਵੀ ਓਪਨਿੰਗ ਕਰਨ ਲਈ ਜਾ ਰਹੇ ਹਾਂ ਜਿਹੜੇ ਪਾਊਡਰ ਪਲਾਂਟ ਜਾਂ ਹੋਰ ਉਹਦੇ ਨਾਲ ਦੀ ਨਾਲ ਹੀ ਜਿਹੜੇ ਜਲੰਧਰ ਦਾ ਪਲਾਂਟ ਔਰ ਲੁਧਿਆਣੇ ਦਾ ਪਲਾਂਟ ਆਲਰੇਡੀ ਅਸੀਂ ਕਰਦਾ। ਇੱਥੇ ਸਾਡਾ ਜਿਹੜਾ ਮੋਹਾਲੀ ਮਿਲਕ ਪਲਾਂਟ ਆ ਇਹਦੇ 'ਚ 100 crore ਦਾ ਕਰਕੇ ਅਸੀਂ ਇਹਦੀ
ਜਿਹੜਾ ਪੰਜਾਬ ਦੇ ਵਿੱਚ ਨਹੀਂ, ਮੈਂ ਕਹੂੰਗਾ ਕਿ ਇੰਡੀਆ ਦੇ ਵਿੱਚ, ਨੌਰਥ ਇੰਡੀਆ ਦੇ ਵਿੱਚ ਸਾਡਾ ਬੈਸਟ ਮਿਲਕ ਪਲਾਂਟ ਜਿਹੜਾ ਮੋਹਾਲੀ, ਉਹ ਇਸ ਵੇਲੇ ਵਰਕ ਕਰ ਰਿਹਾ। ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਦਸੰਬਰ, ਜਨਵਰੀ, ਫਰਵਰੀ ਔਰ ਮਾਰਚ ਦੇ ਵਿੱਚ ਦੁੱਧ ਦੀ ਸਪਲਾਈ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਉਹਦੇ 'ਚ ਸਾਰੀਆਂ ਹਰ ਸਾਲ ਹੀ ਤੁਸੀਂ ਪੁਰਾਣਾ ਜੇ ਕੱਢ ਕੇ ਦੇਖੋਗੇ ਕਿ ਇਹਨਾਂ ਦੀਆਂ ਕੀਮਤਾਂ ਘੱਟ ਜਾਂਦੀਆਂ ਹੁੰਦੀਆਂ ਸੀ ਦੁੱਧ, ਜਿਹੜਾ ਫਾਰਮਰਸ ਕੋਲੋਂ ਦੁੱਧ ਲਈਦਾ ਸੀ। ਫਸਟ ਟਾਈਮ ਹੈ ਕਿ ਅਸੀਂ ਆਪਣੇ ਅਦਾਰੇ ਦੀ ਇਸ ਵੇਲੇ ਕਿਸਾਨ ਦਾ ਜਿਹੜੇ ਮਿਲਕ ਜਿਹੜਾ ਸਾਡੇ ਕੋਲ ਆ ਰਿਹਾ ਸੀ ਉਹਦੀ ਅਸੀਂ ਕੀਮਤ ਬਿਲਕੁਲ ਨਹੀਂ ਘਟਾਈ, ਕਿਉਂਕਿ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਹੈ ਜਾਂ ਮਿਲਕ ਫੈਡ ਹੈ, ਇਹ ਫੈਡਰੇਸ਼ਨ ਆ, ਇਹਦੇ 'ਤੇ ਪ੍ਰੋਫਿਟ ਕਮਾਉਣ ਵਾਲੀ ਕੰਪਨੀ ਨਹੀਂ ਗੀ, ਇਹ ਸਾਡੀ ਕਿਸਾਨਾਂ ਦੀ ਆ। ਉਹਦੇ 'ਚ ਅਸੀਂ ਕਰਕੇ ਔਰ ਕਿਸਾਨਾਂ ਦਾ ਜਿਹੜਾ ਰੇਟ ਸੀ ਉਹਨੂੰ ਨਾ ਡਾਊਨ ਆਨ ਕਰਕੇ, ਤਾਂ ਕਿ ਜਿਹੜੀ ਜੇ ਤੁਸੀਂ ਵੇਖਣਾ ਕਿ ਪਿੱਛੇ ਬਹੁਤ ਜ਼ਿਆਦਾ ਡੇਅਰੀ ਫਾਰਮਰ ਜਿਹੜੇ ਸੀ ਉਹ ਆਪਣਾ ਆਪਣਾ ਧੰਦਾ ਛੱਡ ਕੇ ਚਲੇ ਗਏ, ਉਹਨਾਂ ਨੂੰ ਸਟੈਬਲਾਈਜ਼ੇਸ਼ਨ ਕਰ ਦਿੱਤਾ। ਔਰ ਜਿਹੜੀ ਮਿਲਕ ਫੈਡ ਦੇ ਵਿੱਚ ਸਾਡੀ ਜਿਹੜੀ ਕੈਟਲ ਫੀਡ ਦੇ 2 ਪਲਾਂਟ ਨੇ ਔਰ ਸਭ ਤੋਂ ਬੈਸਟ ਚੱਲ ਰਹੇ ਨੇ ਔਰ ਸਭ ਤੋਂ ਬੈਸਟ ਸਾਡੀ ਉਹ ਜਿਹੜੀ ਬਣ ਰਹੀ ਹੈ। ਨਾਲ ਦੀ ਨਾਲ ਜਿਹੜੀ ਕੋਆਪਰੇਟਿਵ ਸੁਸਾਇਟੀਜ਼ ਨੇ ਉਹਨਾਂ ਨੂੰ ਇਹ ਸਟਰੈਂਥਨ ਕਰਨ ਲਈ ਜਾ ਰਹੇ ਹਾਂ ਕਿ ਜਿਹੜੀਆਂ ਪੈਕਸ ਨੇ ਪਿੰਡਾਂ ਦੇ ਵਿੱਚ ਕੋਆਪਰੇਟਿਵ ਸਾਡੀਆਂ ਸੁਸਾਇਟੀਜ਼ ਨੇ ਉਹਨਾਂ ਨੂੰ ਕਹਿ ਕੇ ਮਾਰਕਫੈਡ ਔਰ ਮਿਲਕ ਫੈਡ ਦੇ ਪ੍ਰੋਡਕਟ ਜਿਹੜੇ ਨੇ ਉਹਨਾਂ ਸੁਸਾਇਟੀਆਂ ਦੇ ਰਾਹੀਂ ਕਿਸਾਨਾਂ ਨੂੰ ਸਸਤੇ ਔਰ ਵਧੀਆ ਰੇਟ 'ਚ ਅਸੀਂ ਉਹ ਕਰਵਾਉਣ ਲਈ ਜਾ ਰਹੇ ਹਾਂ। ਇਹ ਜਿਹੜਾ ਮਿਲਕ ਫੈਡ ਆ ਸਾਡੇ ਜਿਹੜੇ ਪਿੱਛੇ ਵੀ ਰੇਟ ਵਧੇ ਨੇ ਔਰ ਅੱਗੇ ਵੀ ਜੋ ਸਾਡੇ ਕੋਲ ਆਏਗਾ ਉਹ ਇਹ ਕਿਸਾਨਾਂ ਲਈ ਆ। ਔਰ ਚੇਅਰਮੈਨ ਸਾਹਿਬ ਸਾਨੂੰ ਐਗ ਸਰਵਿਸਮੈਨ ਨੇ, ਸਾਡਾ ਬੋਰਡ ਦੇ ਮੈਂਬਰ ਸਾਹਿਬਾਨ ਸਾਰੇ ਖੜ੍ਹੇ ਨੇ ਜਿਹੜੇ ਬੜੇ ਵਧੀਆ ਤਰੀਕੇ ਦੇ ਨਾਲ ਇਹ ਪਲਾਂਟਾਂ ਨੂੰ ਚਲਾ ਰਹੇ ਨੇ। ਅਤੇ ਜਿਹੜੇ ਨੈਕਸਟ ਜਿਹੜੇ ਕੋਈ 1-2 ਪਲਾਂਟ ਸਾਡੇ ਵਿੱਚ ਨੇ ਜਿਵੇਂ ਗੁਰਦਾਸਪੁਰ ਆ, ਸੰਗਰੂਰ ਆ, ਇਹਨਾਂ ਪਲਾਂਟਾਂ ਦੀ ਅਸੀਂ ਰੈਨੋਵੇਸ਼ਨ ਅਤੇ ਇਹਨਾਂ ਅਪਗ੍ਰੇਡੇਸ਼ਨ ਕਰਨ ਲਈ ਜਾ ਰਹੇ ਹਾਂ। MD ਸ਼ੂਗਰ ਮਿਲ, ਸ਼ੂਗਰ ਫੈਡ ਜਿਹੜੇ ਨੇ ਮਿਲਕ ਫੈਡ, ਉਹਨਾਂ ਨੂੰ ਕਹਿ ਕੇ ਆਰਮੀ ਦੇ ਵਿੱਚ ਪਿਛਲੇ ਸਾਲਾਂ ਤੋਂ ਆਰਮੀ ਦੀ ਸਪਲਾਈ 'ਚ ਸਾਡੀ ਥੋੜ੍ਹੇ ਜਿਹੇ ਬਹੁਤ ਡਾਊਨ ਗਏ ਹਾਂ ਅਸੀਂ, ਉਹਦੇ ਲਈ ਅਸੀਂ ਕਰ ਰਹੇ ਹਾਂ ਕਿ ਆਰਮੀ ਦੀ ਜਿਹੜੀ ਮਿਲਕ ਜਿਹੜਾ ਵਾ ਉਹ ਜਿਹੜਾ ਡਾਇਰੈਕਟ ਉਹਨਾਂ ਨੂੰ ਸਪਲਾਈ ਕੀਤਾ ਜਾ ਸਕੇ। ਜਿਹੜੀ ਪਾਊਡਰ, ਜਿਹੜੇ ਘਿਓ, ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਜਿੰਨੀ ਸਪਲਾਈ ਜ਼ਿਆਦਾ ਹੋਏਗੀ ਮਿਲਕ ਫੈਡ ਉਨਾ ਹੀ ਪ੍ਰੋਫਿਟ ਦੇ ਵਿੱਚ ਆਏਗਾ। ਮਿਲਾਵਟ ਵਿੱਚ ਸਾਡਾ ਜਿਹੜਾ ਡਾਇਰੈਕਟ ਜਿਹੜੇ ਸਾਡੇ ਹਰ ਤੁਸੀਂ ਜਾ ਕੇ ਦੇਖੋਗੇ ਵਾਕਈ ਤੁਹਾਨੂੰ ਸਗੋਂ ਇਹ ਜ਼ਰੂਰ ਜਿੱਥੇ ਸਾਡੇ ਕੋਲ ਕੁਐਸਚਨ ਕਰਦੇ ਹੋ, ਹਰ ਮਿਲਕ ਪਲਾਂਟ ਦੇ ਉੱਤੇ ਕੋਈ 1.5 ਕਰੋੜ ਦਾ ਅਸੀਂ ਇਕੁਪਮੈਂਟ ਲਾਏ ਨੇ ਜਿਹਦੇ ਵਿੱਚ ਹਰ ਚੀਜ਼ ਯੂਰੀਆ, ਮਿਲਕ ਆਇਲ ਸਭ ਕੁਝ ਉਹਦਾ ਜਿਸ ਵੇਲੇ ਤੁਸੀਂ ਸੈਂਪਲ ਪਾਓਗੇ ਉਹਦੇ 'ਚ ਇਮੀਡੀਏਟਲੀ ਤੁਹਾਨੂੰ ਵਿਦ ਇਨ 1 ਮਿੰਟ ਸਾਰਾ ਕੁਝ ਤੁਹਾਡੇ ਉਹਦੇ 'ਤੇ ਆ ਜਾਂਦਾ। ਇਹ ਚੀਜ਼ਾਂ 'ਚ ਤੁਹਾਨੂੰ ਜਿੱਥੇ ਅਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੇ ਹਾਂ, ਉਹਦੇ 'ਚ ਜੇ ਮੀਡੀਆ ਜਾਏਗਾ ਤਾਂ ਉਹਦੇ 'ਚ ਲੋਕਾਂ ਨੂੰ ਹੋਏਗਾ ਕਿ ਅਸੀਂ ਪਿੱਛੇ ਤੁਸੀਂ ਵੇਖਣਾ ਕਿ 2 ਟਰੱਕ ਵੀ ਗੁਰਦਾਸਪੁਰ ਅਸੀਂ ਫੜੇ ਨੇ ਅਜੇ ਹੁਣੇ ਫੜੇ। ਇਹ ਸਾਰੀਆਂ ਚੀਜ਼ਾਂ ਉਹ ਜਿਹੜੇ ਲੈਬੋਰਟਰੀਜ਼ ਦੇ ਵਿੱਚ ਅਸੀਂ 1.5 ਕਰੋੜ ਦੇ ਹਰ ਮਿਲਕ ਪਲਾਂਟ ਦੇ ਵਿੱਚ ਉਹ ਇਕੁਪਮੈਂਟ ਲਾ ਦਿੱਤੇ ਨੇ ਤਾਂ ਕਿ ਕੋਈ ਵੀ ਇਹੋ ਜਿਹੀ ਚੀਜ਼ ਦੁੱਧ ਦੇ ਵਿੱਚ ਮਿਲਾਵਟ ਦੀ ਨਾ ਸੀ। ਜਿਹੜੀ ਦੂਸਰੀ ਤੁਸੀਂ ਕਿਹਾ ਕਿ ਮਿਲਾਵਟ ਫੜਨ ਦਾ, ਮੈਂ ਸਿਰਫ ਸਾਡਾ ਡਿਪਾਰਟਮੈਂਟ ਸਿਰਫ ਮਿਲਕ ਪਲਾਂਟ ਦੇ ਅੰਦਰ ਜਿਹੜੀ ਮਿਲਾਵਟ ਹੁੰਦੀ ਆ ਜਾਂ ਉੱਥੋਂ ਜਿਹੜੇ ਦੁੱਧ ਦੀ ਉਹਦੀ ਅਸੀਂ ਫੜ ਸਕਦੇ ਹਾਂ, ਬਾਹਰ ਜਿਹੜਾ ਉਹ ਕੰਮ ਹੈਲਥ ਡਿਪਾਰਟਮੈਂਟ ਦਾ, ਫੂਡ ਸਿਕਿਉਰਿਟੀ ਵਾਲਿਆਂ ਦਾ, ਉਹਨਾਂ ਦਾ ਕੰਮ ਹੈ, ਉਹ ਵੀ ਆਪਣੇ ਬੜੀ ਕਾਫੀ ਤਾਦਾਦ 'ਚ ਜਿਹੜੀ ਕਰ ਰਹੇ ਨੇ। ਨਾਲ ਦੀ ਨਾਲ ਤੁਸੀਂ ਦੇਖੋਗੇ ਕਿ ਪਿੰਡ ਜਿਹੜਾ ਪਨੀਰ ਇੰਨਾ ਜ਼ਿਆਦਾ ਆ ਰਿਹਾ, ਜਿੱਥੇ ਪਨੀਰ ਵੇਰਕਾ ਦਾ ਉੱਥੇ ਕਦੀ ਸ਼ਿਕਾਇਤ ਨਹੀਂ। ਸਾਡਾ ਜਿਹੜਾ ਤੁਸੀਂ ਲੱਸੀ ਜਾਂ ਹੁਣ ਜਿਹੜਾ ਵਨੀਲਾ ਮਿਲਕ ਇੱਕ ਨਵਾਂ ਇੰਟਰੋਡਿਊਸ ਕੀਤਾ ਅਤੇ ਉਹਦੀ ਬਹੁਤ ਜ਼ਿਆਦਾ ਸੇਲ ਹੈ।
ਹੁਣ ਅਸੀਂ ਜਿਹੜਾ ਆ ਜਿਹੜੇ ਸਾਡਾ ਨੈਕਸਟ ਜਿਹੜਾ ਆ ਰਿਹਾ ਉਹਦਾ ਐਮ ਡੀ ਸਾਡੇ ਸੰਘਾ ਸਾਹਿਬ ਨੂੰ ਕਿਹਾ ਕਿ ਜਿਹੜੀ ਆਈਸਕ੍ਰੀਮ ਆ ਉਹਦਾ ਸਾਡੇ ਕੋਲ ਬਹੁਤ ਵਧੀਆ ਫਲੇਵਰ ਨੇ, ਉਹਦੀ ਮਾਰਕੀਟਿੰਗ ਜਿਹੜੀ ਆ ਉਹ ਅਸੀਂ ਹੁਣ ਮਾਰਕੀਟਿੰਗ ਜਿਹੜੀ ਆ ਤਕਰੀਬਨ ਅਸੀਂ 30% ਉਹਦੇ ਆਈਸਕ੍ਰੀਮ ਦਾ ਟਾਰਗੇਟ ਕੀਤਾ ਕਿ ਆਈਸਕ੍ਰੀਮ ਦੇ ਵਿੱਚ 30% ਇਨਕਰੀਜ ਲੈ ਕੇ ਆਈਏ। ਇਹ ਡਾਇਰੈਕਟ ਔਰ ਇਨਡਾਇਰੈਕਟ ਜੋ ਨਏ ਪਲਾਂਟ ਲੱਗੇਗੇ ਜੈਸੇ ਬਸੀ ਕਾ ਪਲਾਂਟ ਲੱਗੇਗਾ ਵਹਾਂ 300-400 ਜੋ ਡਾਇਰੈਕਟ ਇੰਪਲਾਇਮੈਂਟ ਮਿਲੇਗੀ ਔਰ ਜੋ ਲੋਕੋਂ ਕੋ ਜਾ ਕਰ ਜਹਾਂ ਸੇ ਆਪ ਇਕੱਠਾ ਕਰਤੇ ਹੋ BMC ਲਗੇਂਗੇ ਵਹਾਂ ਵੀ ਇੰਪਲਾਇਮੈਂਟ ਮਿਲੇਗੀ, ਜੋ ਕਿਸਾਨ ਦੁੱਧ ਲੈ ਕਰ ਆਏਗੇ ਜੋ ਦੁੱਧ ਪੈਦਾ ਕਰਤੇ ਹੈ ਡਾਇਰੈਕਟ ਔਰ ਇਨਡਾਇਰੈਕਟ ਔਰ ਇੱਕ ਹੀ ਪਲਾਂਟ ਸੇ 7-8 ਹਜ਼ਾਰ ਜੋ ਲੋਕ ਹੈ ਉਨਕੋ ਇੰਪਲਾਇਮੈਂਟ ਡਾਇਰੈਕਟ ਔਰ ਇਨਡਾਇਰੈਕਟ ਮਿਲੇਗੀ। ਇਹਦੇ 'ਚ ਦੇਖੋ ਹੁਣ ਸਾਡਾ 46 ਰੁਪਏ ਜਿਹੜਾ 700 ਉਹਨੂੰ ਕਹਿ ਦਿੱਤੇ ਫੈਟ 'ਤੇ ਚੱਲ ਰਿਹਾ ਉਹਦਾ ਜੇ ਕਿਲੋਆਂ ਦੇ ਹਿਸਾਬ 'ਚ ਕਰੀਏ ਕਿਉਂਕਿ ਫੈਟ ਦੇ ਹਿਸਾਬ ਨਾਲ ਕਈ ਵਾਰ ਜਿਹੜੀ ਕੋਈ ਜਿੰਨੀ ਫੈਟ ਹੈਗੀ ਉਸੇ ਤਰੀਕੇ ਨਾਲ ਸਾਡਾ ਰੇਟ ਵੱਧਦਾ ਜਾਂਦਾ, ਜੇ ਅਸੀਂ ਨੋਰਮਲ ਵੀ ਜੇ ਲੈ ਲਈਏ ਤਾਂ ਅੱਜ 46 ਰੁਪਏ ਪਰ KG ਸਾਡਾ ਦੁੱਧ ਅਸੀਂ ਕਿਸਾਨ ਕੋਲੋਂ ਖਰੀਦ ਰਹੇ ਹਾਂ ਔਰ ਇਹਦੇ ਵਿੱਚ ਅਸੀਂ ਅੱਜ ਦੇ ਦਿਨ 'ਚ ਅਸੀਂ ਨੋ ਪ੍ਰੋਫਿਟ ਨੋ ਲਾਸ 'ਤੇ ਆਪਣਾ ਮਿਲਕ ਫੈਟ ਸਾਡਾ ਚੱਲ ਰਿਹਾ। ਸਰ ਕਿਸਾਨ ਜਥੇਬੰਦੀਆਂ ਜਿਹੜਾ ਫੈਟ ਦਾ ਰੇਟ ਵਧਾਉਣ ਦੀ ਗੱਲ ਕਰ ਰਹੀਆਂ ਕਿ ਫੈਟ ਦਾ ਰੇਟ ਵੀ ਵਧਾਇਆ ਜਾਊਗਾ? ਦੇਖੋ ਕਿਸਾਨ ਜਥੇਬੰਦੀਆਂ ਨੇ ਆਪਣਾ ਕੰਮ ਕਰਨਾ, ਪੋਲਿਟਿਕਸ ਕਰਨੀ ਹੈ, ਮੇਰਾ ਕੰਮ ਹੈ ਕਿ ਕਿਸਾਨ ਨੂੰ ਡਾਇਰੈਕਟ ਜਿਹੜਾ ਬੈਨੀਫਿਟ ਕਿਵੇਂ ਹੁੰਦਾ। ਜੇ ਤਾਂ ਜਿਹੜੇ ਸਾਡੇ PDFA ਆ ਜਿਹੜੀ ਪੰਜਾਬ ਇਹਨਾਂ ਦਾ ਡੇਅਰੀ ਫੈਡਰੇਸ਼ਨ ਆ ਜੇ ਉਹੋ ਜਿਹੇ ਮੇਰੇ ਨਾਲ ਗੱਲ ਕਰਨਗੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਦਿੱਤੀ, ਜੇ ਪੋਲੀਟੀਕਲੀ ਕੋਈ ਝੰਡਾ ਮਾਰਚ ਕਰਨਾ ਚਾਹੁੰਦੇ ਤਾਂ ਉਹਦਾ ਮੇਰੇ ਕੋਲ ਕੋਈ। ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ TV ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।